ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲੱਗਣੇ ਫਿਰ ਤੋਂ ਸ਼ੁਰੂ ਹੋ ਗਏ ਨੇ ਔਰ ਇਹ ਉਹਨਾਂ ਦਿਨਾਂ ਦੇ ਵਿੱਚ ਸ਼ੁਰੂ ਹੋਏ ਨੇ ਜਦੋਂ ਪੰਜਾਬ ਦੇ ਵਿੱਚ ਬਹੁਤ ਗਰਮੀ ਪੈ ਰਹੀ ਆ ਤੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਹਿੰਦੇ ਪੰਜਾਬ ਪਾਵਰ ਸਰਪਲਸ ਹੋ ਗਿਆ ਯਾਨੀ ਕਿ ਇੱਥੇ ਬਿਜਲੀ ਵਾਧੂ ਹੋ ਗਈ ਆ ਤੇ ਵੈਸੇ ਭਗਵੰਤ ਮਾਨ ਸਾਨੂੰ ਇਹ ਜ਼ਰੂਰ ਦੱਸ ਦੇਣ ਕਿ ਇਹ ਜਿਹੜੀ ਬਿਜਲੀ ਵਾਧੂ ਹੋਈ ਆ ਕੇਵਲ ਸਰਕਾਰ ਲਈ ਆ ਜਾਂ ਲੋਕਾਂ ਲਈ ਵੀ ਆ ਇਸ ਉੱਤੇ ਵੀ ਗੱਲ ਕਰਾਂਗੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਬੀਤੇ ਦਿਨ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੇ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਐਸਆਈਟੀ ਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ ਆਈਜੀ ਪਟਿਆਲਾ ਜ਼ੋਨ ਲਾਏ ਗਏ ਨੇ ਪਟਿਆਲਾ ਰੇਂਜ ਦੇ ਉਹ ਕਹਿੰਦੇ ਮੈਨੂੰ ਨਹੀਂ ਮਨਜ਼ੂਰ ਔਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਤੇ ਕੀ ਬਿਕਰਮ ਸਿੰਘ ਮਜੀਠੀਆ ਨੂੰ ਉਹ ਪੁਲਿਸ ਅਫਸਰ ਮਨਜੂਰ ਸੀ ਜਿਹੜੇ ਉਹਨਾਂ ਨੂੰ ਬੁਲਾਉਂਦੇ ਹੀ ਨਹੀਂ ਸੀ ਏਆਈਜੀ ਬਲਰਾਜ ਸਿੰਘ ਉਹਨਾਂ ਨੇ ਤੇ ਕਦੇ ਸੱਦਿਆ ਵੀ ਨਹੀਂ ਇਸੇ ਤਰ੍ਹਾਂ ਡੀਆਈਜੀ ਐਸ ਰਾਹੁਲ ਉਹਨਾਂ ਨੇ ਵੀ ਨਹੀਂ ਕਦੇ ਬੁਲਾ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਪੁੱਛਗਿੱਛ ਤਾਂ ਛੱਡੋ ਇਹਨਾਂ ਤੋਂ ਕੋਰਟ ਦੇ ਵਿੱਚ ਕਦੇ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਤੱਕ ਨਹੀਂ ਲਿਆ ਗਿਆ ਤੇ ਬਾਹਰ ਤਾਂ ਪੁੱਛਗਿੱਛ ਛੱਡ ਹੀ ਦਿਓ ਹਾਲਾਂਕਿ ਕਿਸੇ ਵੀ ਕੋਰਟ ਨੇ ਇਸ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਸੀ ਲਾਈ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਤਰ੍ਹਾਂ ਯੂ ਟਰਨ ਲਿਆ ਬਲਕਿ ਥੋੜੀ ਢੈਲੀ ਪਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਐਸੇ 24 ਜੁਲਾਈ ਨੂੰ ਪੀਟੀਸੀ ਦਾ ਜਿਹੜਾ ਗੁਰਬਾਣੀ ਪ੍ਰਸਾਰਣ ਕਰਨ ਦਾ ਉਹਨਾਂ ਦਾ ਇੱਕ ਅਧਿਕਾਰ ਆ ਜਾਂ ਕਰਾਰਨਾਮਾ ਜਾਂ ਐਗਰੀਮੈਂਟ ਆ ਉਹ 24 ਜੁਲਾਈ ਨੂੰ ਖਤਮ ਹੋ ਜਾਣਾ 11 ਸਾਲਾਂ ਬਾਅਦ ਤੇ ਫਿਰ ਅਸੀਂ ਕਹਿੰਦੇ ਨਵੇਂ ਟੈਂਡਰਸ ਫਲੋਟ ਕਰ ਲਾਂਗੇ ਤੇ ਫਿਰ ਦੇਖ ਲਾਂਗੇ ਹੋਰ ਵੀ ਚੈਨਲਸ ਜਿਹੜੇ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਇਨਵਾਈਟ ਕਰ ਲਾਂਗੇ ਪਰ ਹਾਂ ਮਰਿਆਦਾ ਦਾ ਖਿਆਲ ਜ਼ਰੂਰ ਰੱਖਣ ਉਹ ਜਿਹੜੇ ਮर्यादा ਦੀ ਆੜ ਦੇ ਵਿੱਚ ਕੁਝ ਲੋਕਾਂ ਨੇ ਇਹ ਵੀ ਸਵਾਲ ਉਠਾਏ ਨੇ ਕਿਤੇ ਤੁਸੀਂ ਟੇਲਰ ਮੇਡ ਪਾਲਿਸੀ ਬਣਾ ਕੇ ਦੁਬਾਰਾ ਇਹੀ ਗੁਰਬਾਣੀ ਪ੍ਰਸਾਰਣ ਦੇ ਜਿਹੜੇ ਅਧਿਕਾਰ ਆ ਉਹ ਪੀਟੀਸੀ ਨੂੰ ਤਾਂ ਨਹੀਂ ਦੇ ਦੋਗੇ ਭਾਰਤ ਦਾ ਨਵਾਂ ਪਾਰਲੀਮੈਂਟ 28 ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਦਾ ਉਦਘਾਟਨ ਕਰਨ ਜਾ ਰਹੇ ਨੇ ਪਰ ਉਹ ਰਾਸ਼ਟਰਪਤੀ ਨੂੰ ਭੁੱਲ ਗਏ ਨੇ ਜਿਹੜੇ ਪ੍ਰਥਮ ਨਾਗਰਿਕ ਹੁੰਦੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਉਹਨਾਂ ਤੋਂ ਜਿਹੜੇ ਪਹਿਲੇ ਸਿਟੀਜ਼ਨ ਨੇ ਫਰਸਟ ਸਿਟੀਜ਼ਨ ਆਫ ਦਿਸ ਕੰਟਰੀ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਜਾ ਰਿਹਾ ਇਸ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਔਰ ਇਕੱਲੇ ਰਾਹੁਲ ਗਾਂਧੀ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਇਕੱਲੇ ਉਹ ਖੜੇ ਨੇ ਇਹ ਕਰ ਰਹੇ ਸਵਾਲ ਸੰਵਿਧਾਨ ਵੀ ਇਹ ਸਵਾਲ ਖੜੇ ਕਰ ਰਿਹਾ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਆਖਿਰ ਤੇ ਆਪਾਂ ਗੱਲ ਕਰਾਂਗੇ 2000 ਦੇ ਨੋਟ ਦੀ ਅੱਜ 23 ਮਈਆ ਤੇ ਅੱਜ ਤੋਂ ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ ਇਹ ਨੋਟ ਬਦਲਾ ਸਕਦੇ ਹੋ ਪਰ ਇਹਦੀ ਲੋੜ ਕੀ ਪਈ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਸ ਚੀਜ਼ ਨੂੰ ਕਰਨ ਦੀ ਲੋੜ ਕੀ ਪਈ ਕਿ ਕੀ ਨੋਟਬੰਦੀ ਜਿਹੜੀ ਸਨ 2016 ਦੇ ਵਿੱਚ ਲਿਆਂਦੀ ਗਈ ਸੀ ਜਾਂ ਲਾਗੂ ਕੀਤੀ ਸੀ ਉਹ ਫੇਲ ਹੋ ਗਈ ਹੈ ਜਿਸ ਵਾਰ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਨਾਲ ਤਾਂ ਤੁਸੀਂ ਦੇਖੋ ਜੀ ਕਾਲਾ ਧਨ ਵਾਪਸ ਆਜੂਗਾ ਕਾਲਾ ਧਨ ਬਲਕਿ ਖਤਮ ਹੋ ਜਾਊਗਾ ਇਹਦੇ ਨਾਲ ਤਾਂ ਜਾਲੀ ਕਰੰਸੀ ਬੰਦ ਹੋ ਜਾਊਗੀ ਤੇ ਇਹਦੇ ਨਾਲ ਟੈਰਰਿਜ਼ਮ ਤੱਕ ਬੰਦ ਹੋ ਜਾਊਗਾ ਇਹ ਤਾਂ ਸਾਰਾ ਕੁਝ ਹੋਇਆ ਨਹੀਂ ਤੇ ਹੁਣ ਫਿਰ ਕੀ ਲੋੜ ਪੈਗੀ ਇਸ ਬਾਰੇ ਵੀ ਗੱਲ ਕਰਾਂਗੇ ਸ਼ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਬੀਤੇ ਕੱਲ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਵੈਸੇ ਅੱਜ ਕੱਲ ਉਹਨਾਂ ਦੇ ਨਾਲ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੀਨੀਅਰ ਆਗੂ ਨਹੀਂ ਦਿਸਦਾ ਅਕਸਰ ਪ੍ਰੈਸ ਕਾਨਫਰੰਸਸ ਦੇ ਵਿੱਚ ਉਹ ਇਕੱਲੇ ਨਜ਼ਰ ਆਉਂਦੇ ਨੇ ਨਾ ਉਹਨਾਂ ਨਾਲ ਡਾਕਟਰ ਦਲਜੀਤ ਚੀਮਾ ਹੁੰਦੇ ਨੇ ਨਾ ਕੋਈ ਪਾਰਟੀ ਦਾ ਹੋਰ ਕੋਈ ਮੈਂਬਰ ਹੁੰਦਾ ਖੈਰ ਗੱਲ ਉਹਨਾਂ ਨੇ ਇਹ ਕਹੀ ਆ ਵਿਕਰਮ ਸਿੰਘ ਮਜੀਠੀਆ ਨੇ ਕਹਿੰਦੇ ਜਿਹੜੇ ਮੁਖਵਿੰਦਰ ਸਿੰਘ ਛੀਨਾ ਨੂੰ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਐਸਆਈਟੀ ਦਾ ਮੁਖੀ ਬਣਾਇਆ ਇਹ ਮਨਜ਼ੂਰ ਨਹੀਂ ਹੈ ਬਲਕਿ ਨਾਖੁਸ਼ ਨੇ ਤਮਾਮ ਤਰ੍ਹਾਂ ਦੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤੇ ਸਾਡਾ ਸਵਾਲ ਵੀ ਇਹੀ ਹੈ ਕਿ ਕੀ ਹੁਣ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਤੇ ਇਹ ਦੋਸ਼ ਲੱਗੇ ਸੀ ਜਿਨ੍ਹਾਂ ਦੇ ਖਿਲਾਫ 20 ਦਸੰਬਰ ਸਨ 2021 ਨੂੰ ਇੱਕ ਐਫ ਆਈ ਆਰ ਹੋਈ ਸੀ ਕੀ ਹੁਣ ਇਹ ਡਿਸਾਈਡ ਕਰਨਗੇ ਐਨ ਡੀ ਪੀ ਐ ਸੈਕਟ ਦੇ ਅਧੀਨ ਹੋਈ ਸੀ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਇਸ ਦੇ ਅਧੀਨ ਇਹਨਾਂ ਦੇ ਖਿਲਾਫ ਐਫ ਆਈ ਆਰ ਹੁੰਦੀ ਹੈ ਪਰ ਉਸ ਐਫ ਆਈ ਆਰ ਦੀ ਕੋਈ ਜਾਂਚ ਨਹੀਂ ਹੋਈ ਹੁੰਦੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਔਰ ਹੁਣ ਕਹਿੰਦੇ ਨੇ ਕਿ ਜਿਹੜੇ ਨਵੇਂ ਮੁਖੀ ਨੇ ਮੁਖਵਿੰਦਰ ਸਿੰਘ ਛੀਨਾ ਇਹ ਕਹਿੰਦੇ ਮੇਰੇ ਲਈ ਠੀਕ ਨਹੀਂ ਹੈ ਜੇ ਸਾਨੂੰ ਮਨਜ਼ੂਰ ਨਹੀਂ ਹੈ ਤਮਾਮ ਤਰ੍ਹਾਂ ਦੇ ਇਹ ਤਰਕ ਦਿੰਦੇ ਨੇ ਕਿਉਂਕਿ ਮੁਖਵਿੰਦਰ ਜੀ ਇਕੱਲੇ ਹੀ ਜੇ ਆਈਜੀ ਨੇ ਇਹਨਾਂ ਦਾ ਸਾਰਾ ਬੈਚ ਏਡੀਜੀਪੀ ਬਣ ਗਿਆ 1997 ਬੈਚ ਦੇ ਇਕੱਲੇ ਹੀ ਨੇ ਜਿਹੜੇ ਆਈਜੀ ਰਹਿ ਗਏ ਹੁਣ ਇਹਨਾਂ ਨੂੰ ਪ੍ਰੋਮੋਸ਼ਨ ਦੇਣੀ ਆ 6 ਮਹੀਨੇ ਰਿਟਾਇਰਮੈਂਟ ਤੇ ਰਹਿ ਕੇ ਤਾਂ ਇਹਨਾਂ ਨਾਲ ਸੌਦਾ ਹੋ ਗਿਆ ਕਿ ਭਾਈ ਤੇਰੀ ਪ੍ਰੋਮੋਸ਼ਨ ਇੱਕ ਸ਼ਰਤ 'ਤੇ ਕਰਾਂਗੇ ਜੇ ਫਲਾਣਾ ਸਾਡਾ ਕੰਮ ਕਰਕੇ ਦਵੇ ਮਤਲਬ ਫਰੀ ਐਂਡ ਫੇਅਰ ਕੰਮ ਨਹੀਂ ਹੋਣਾ ਕੁਇਡ ਪ੍ਰੋਪ ਕੋ ਜਿਹੜੀ ਸਰਕਾਰ ਚਾਹੁੰਦੀ ਉਹ ਕਾਰਵਾਈ ਹੋਊਗੀ ਕਹਿੰਦੇ ਇਸ ਤੋਂ ਬਾਅਦ ਇੱਕ ਹੋਰ ਵੀ ਗੱਲ ਕਹਿੰਦੇ ਨੇ ਕਹਿੰਦੇ ਇਸ ਤੋਂ ਪਹਿਲਾਂ ਈਸ਼ਵਰ ਸਿੰਘ ਇਹ ਵੀ ਸੀਨੀਅਰ ਅਫਸਰ ਨੇ ਇਸੇ ਤਰ੍ਹਾਂ ਵੀ ਨੀਰਜਾ ਜਾਂ ਨਗੇਸ਼ਵਰ ਰਾਓ ਇਹ ਸਾਰੇ ਸੀਨੀਅਰ ਆਈਪੀਐਸ ਆਫੀਸਰਸ ਨੇ ਕਹਿੰਦੇ ਇਹਨਾਂ ਨੇ ਤਾਂ ਚਲਾਨ ਪੇਸ਼ ਕੀਤੇ ਸੀ ਕਹਿੰਦੇ ਇਹਨਾਂ ਦੇ ਵਿੱਚ ਤਾਂ ਮੇਰਾ ਨਾਂ ਹੀ ਨਹੀਂ ਤੁਸੀਂ ਯਾਦ ਕਰੋ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਪਹਿਲੀ ਵਾਰੀ ਸਾਬਕਾ ਡੀਐਸਪੀ ਤੇ ਉਹ ਸਪੋਰਟਸਮੈਨ ਜਗਦੀਸ਼ ਸਿੰਘ ਭੋਲਾ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਆ ਜਦੋਂ 6 ਜਨਵਰੀ ਸਨ 2014 ਨੂੰ ਮੋਹਾਲੀ ਦੀ ਕੋਰਟ ਦੇ ਬਾਹਰ ਇਲਜ਼ਾਮ ਲਾਉਂਦੇ ਨੇ ਫੁੱਲ মিডিਆ ਗੈਲਰੀ ਯਾਨੀ ਕਿ ਪੂਰਾ মিডিਆ ਉੱਥੇ ਮੌਜੂਦ ਹੁੰਦਾ ਔਰ ਉਹ ਸਿੱਧਾ ਨਾਮ ਲੈਂਦੇ ਨੇ ਕਹਿੰਦੇ ਇਸ ਡਰੱਗ ਰੈਕਟ ਦੇ ਪਿੱਛੇ ਜਿਹੜਾ 6000 ਕਰੋੜ ਦਾ ਉਸ ਵਕਤ ਜਗਦੀਸ਼ ਸਿੰਘ ਭੋਲੇ ਨੇ ਦੱਸਿਆ ਸੀ ਕਹਿੰਦੇ ਇਸ ਰੈਕਟ ਦੇ ਵਿੱਚ ਪੰਜਾਬ ਦੇ ਰੈਵਨਿਊ ਮੰਤਰੀ ਕਿਉਂਕਿ ਉਸ ਟਾਈਮ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਔਰ ਉਹ ਕਹਿੰਦੇ ਜਿਹੜੇ ਰੈਵਨਿਊ ਮਿਨਿਸਟਰ ਨੇ ਇਹ ਕਥਿਤ ਤੌਰ ਤੇ ਇਸ ਸਾਰੇ ਡਰੈਗ ਰੈਕਟ ਦੇ ਪਿੱਛੇ ਆ ਰੋਲਾ ਪੈ ਜਾਂਦਾ ਖੈਰ ਇਹਨਾਂ ਸਾਰਿਆਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕਦੇ ਕੋਈ ਕਾਰਵਾਈ ਨਹੀਂ ਹੁੰਦੀ 8 ਸਾਲਾਂ ਬਾਅਦ 20 ਦਸੰਬਰ ਸਨ 2021 ਜਦੋਂ ਚਰਨਜੀਤ ਸਿੰਘ ਚੰਨੀ ਉਦੋਂ ਮੁੱਖ ਮੰਤਰੀ ਸੀ ਉਹਨਾਂ ਦੀ ਸਰਕਾਰ ਹੁੰਦੀ ਹੈ ਤੇ ਸਿਧਾਰਥ ਚੋਟੋਪਾਦਿਆ ਉਸ ਵਕਤ ਦੇ ਡੀਜੀਪੀ ਹੁੰਦੇ ਆ ਉਦੋਂ ਇੱਕ ਐਫਆਈਆਰ ਦਰਜ ਹੁੰਦੀ ਹੈ ਉਸਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਬਹੁਤ ਕਿੰਤੂ ਪਰੰਤੂ ਕੀਤੇ ਬਲਕਿ ਉਹ ਕੋਰਟਸ ਦੇ ਵਿੱਚ ਵੀ ਗਏ ਨਿਚਲੀ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਇੱਥੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਇਹ ਕਹਿ ਕੇ ਕਿ ਇਸ ਐਫ ਆਈ ਆਰ ਨੂੰ ਖਾਰਜ ਕਰੋ ਖਾਰਜ ਨਹੀਂ ਹੋਈ ਜ਼ਮਾਨਤ ਜ਼ਰੂਰ ਮਿਲ ਗਈ ਹੈ ਉਹਨਾਂ ਨੂੰ ਔਰ ਇਸ ਦੌਰਾਨ ਇਹ ਕਿਸ ਤਰ੍ਹਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ 5.5 ਮਹੀਨੇ ਤੋਂ ਵੱਧ ਇਹ ਅੰਦਰ ਰਹੇ ਨੇ ਇਹ ਤਾਂ ਆਪਾਂ ਨੂੰ ਪਤਾ ਪਰ ਇਸ ਦੌਰਾਨ ਪੁਲਿਸ ਨੇ ਉਹਨਾਂ ਅਫਸਰਾਂ ਨੇ ਕੁਝ ਨਹੀਂ ਕੀਤਾ ਇਹ ਵੀ ਆਪਾਂ ਗੱਲ ਕਰ ਲਈ ਹੈ ਸੋ ਕਹਿਣ ਦਾ ਭਾਵ ਹੈ ਜੇ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਤਫ਼ਤੀਸ਼ ਨਹੀਂ ਹੋਈ ਵੈਸੇ ਮੈਂ ਇੱਕ ਗੱਲ ਜ਼ਰੂਰ ਦੱਸਦਾ ਕਿ ਇਹਨਾਂ ਨੂੰ ਐਪਲੀਕੇਸ਼ਨ ਮੂਵ ਕਰ ਦੇਣੀ ਚਾਹੀਦੀ ਆ ਚਾਹੇ ਤਾਂ ਪੰਜਾਬ ਸਰਕਾਰ ਨੂੰ ਕਹਿ ਦੇਣਾ ਕਿ ਆਪਣਾ ਇਹ ਅਫਸਰ ਬਦਲ ਲਓ ਕਿਉਂਕਿ ਇਹਦੀਆਂ ਉਦਾਹਰਨਾਂ ਪਹਿਲਾਂ ਵੀ ਹੈਗੀਆਂ ਮੈਨੂੰ ਯਾਦ ਆ ਰਾਜੀਤ ਸਿੰਘ ਰਾਜੇ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਦੇ ਡੀਜੀਪੀ ਜਿਹੜੇ ਇਸ ਵਕਤ ਡੈਪੂਟੇਸ਼ਨ ਤੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਹਿ ਲੋ ਜਾਂ ਉਹਨਾਂ ਪ੍ਰਤੀ ਇਹ ਲੱਗਦਾ ਸੀ ਕਿ ਸ਼ਾਇਦ ਇਹ ਫ੍ਰੀ ਐਂਡ ਫੇਅਰ ਜਾਂਚ ਨਹੀਂ ਕਰਨਗੇ ਤੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਉਸ ਤੋਂ ਬਾਅਦ ਹੀ ਸੁਧਾਰਤ ਛਟੋਪਾਦਿਆ ਸੁਧਾਰਤ ਛਟੋਪਾਦਿਆ ਤੇ ਉਹਨਾਂ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪ੍ਰਮੋਦ ਕੁਮਾਰ ਇਹਨਾਂ ਦੀ ਇੱਕ ਐਸਆਈਟੀ ਸੀ ਬਣੀ ਸੀ ਤਿੰਨ ਮੈਂਬਰਸ ਦੀ ਹੁਣ ਤੁਸੀਂ ਇੱਕ ਚੀਜ਼ ਦੇਖੋ ਚਲੋ ਉਹਨਾਂ ਨੇ ਤਾਂ ਜਿਹੜੀਆਂ ਆਪਣੀਆਂ ਰਿਪੋਰਟਸ ਦਿੱਤੀਆਂ ਸੀ ਉਹ ਦਿੱਤੀਆਂ ਸੀ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਰਹੀ ਆ ਜਦੋਂ ਦੋਸ਼ ਲੱਗੇ ਸੀ ਇਹਨਾਂ ਨੇ ਨਾ ਤਾਂ ਕਿਸੇ ਤਰ੍ਹਾਂ ਦੀ ਇਸ ਉੱਤੇ ਕਾਰਵਾਈ ਹੋਣ ਦਿੱਤੀ ਵਿਕਰਮ ਸਿੰਘ ਮਜੀਠੀਆ ਦੀ ਮੈਂ ਗੱਲ ਕਰ ਰਿਹਾ ਜਦੋਂ ਉਹਨਾਂ ਤੇ ਇਲਜ਼ਾਮ ਲੱਗੇ ਸੀ ਨਾ ਕੇਸ ਰਜਿਸਟਰ ਹੋਣ ਦੀ ਤਾਂ ਗੱਲ ਹੀ ਨਹੀਂ ਸੀ ਪੈਦਾ ਹੁੰਦੀ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਤੇ ਨਾ ਹੀ ਕੋਈ ਕੇਸ ਰਜਿਸਟਰ ਹੋਇਆ ਇਹ ਤਾਂ ਗੱਲ ਠੀਕ ਆ ਪਰ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਨੇ ਤਾਂ ਜਿਹੜੀਆਂ ਬੰਦ ਲਫਾਫੇ ਦੇ ਵਿੱਚ ਰਿਪੋਰਟਸ ਪਈਆਂ ਸੋ ਖੁੱਲਣ ਹੀ ਨਹੀਂ ਦਿੱਤੀਆਂ ਉਹ ਤਾਂ ਹੁਣ ਜਾ ਕੇ ਖੁੱਲੀਆਂ ਨੇ ਤੇ ਹੁਣ ਜਾ ਕੇ ਕਾਰਵਾਈ ਸ਼ੁਰੂ ਹੋਈ ਆ ਸ਼ਾਇਦ ਮਜੀਠੀਏ ਦਾ ਕੇਸ ਵੀ ਅੱਜ ਮੈਂ ਨਾਬੀ ਪੱਗ ਬਨ ਕੇ ਆਇਆ ਮੇਰੇ ਕੇਸ ਦੀ ਵੀ 10ਵੀਂ ਸਾਲਗिरा ਉਹ ਤਾਂ ਵਿਆਹ ਦੀ ਸਾਲਗिरा ਬਣਾਈਦੀ ਆ ਮੇਰੇ ਕੇਸ ਦੀ 10ਵੀਂ ਸਾਲਗिरा 2013 ਤੋਂ ਇਹ ਡਰਾਮਾ ਸ਼ੁਰੂ ਹੋਇਆ ਹੈ ਔਰ 13 ਤੋਂ ਅੱਜ ਹੋ ਗਈ 23 10 ਸਾਲ ਪੂਰੇ ਹੋ ਗਏ ਆ ਪਹਿਲਾਂ ਤਾਂ ਤੁਹਾਡਾ ਬਣਦਾ ਫਰਜ ਮਾੜੀ-ਮੋਟੀ ਫੋਕੀ ਵਧਾਈ ਦੇ ਦਿਓ ਭਾਵੇਂ ਦੇਣੀ ਨਹੀਂ ਦੇਣੀ ਤੁਹਾਡੀ ਮਰਜ਼ੀ ਆ ਮਗਰ ਮੈਨੂੰ ਲੱਗਦਾ ਸਰਕਾਰ ਨੂੰ ਮੈਨੂੰ ਵਧਾਈ ਦੇਣ ਦਾ ਚਿੱਤ ਕਰਿਆ ਤੇ ਉਹਨਾਂ ਨੇ ਨਵੀਂ ਸ਼ਿਟ ਬਣਾ ਕੇ ਮੈਨੂੰ ਵਧਾਈ ਪੇਸ਼ ਕੀਤੀ ਤੇ ਜੇ ਕਾਰਵਾਈ ਸ਼ੁਰੂ ਹੋਏ ਵੈਸੇ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਇਹ ਸਾਰਾ ਕੁਝ ਸੂਟ ਕਰਦਾ ਕਾਰਵਾਈ ਹੋਏ ਤੁਹਾਡੇ ਘਟੋ ਘਟ ਪੁੱਛਗਿਛ ਹੋਵੇ ਤੁਹਾਨੂੰ ਯਾਦ ਹੋਣਾ ਜਦੋਂ ED ਵੀ ਤੁਹਾਡੇ ਤੋਂ ਪੁੱਛਗਿਛ ਕੀਤੀ ਸੀ ਤੁਸੀਂ ਇੱਕ ਵਾਰੀ ਗਏ ਸੀ ਵਿਕਰਮ ਸਿੰਘ ਮਜੀਠੀਆ ਦੂਸਰੀ ਵਾਰੀ ਤਾਂ ਗਏ ਵੀ ਨਹੀਂ ਉਦੋਂ ਵੀ ਤਾਂ ਕਈ ਸਟੇਟਮੈਂਟਸ ਲਈਆਂ ਗਈਆਂ ਸੀ ਤੇ ਉਸ ਤੋਂ ਬਾਅਦ ED ਇਨਫੋਰਸਮੈਂਟ ਡਾਇਰੈਕਟੋਰੇਟ ਉਸ ਦੀ ਵੀ ਕਾਰਵਾਈ ਅਚਾਨਕ ਬੰਦ ਹੋ ਗਈ ਔਰ ਤੁਸੀਂ ਇਹ ਵੀ ਯਾਦ ਕਰੋ ਉਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਔਰ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਲੋਕ ਇਸ ਉੱਤੇ ਬੜੇ ਅੰਦਾਜ਼ੇ ਲਾਉਂਦੇ ਨੇ ਕਿ ਕੀ ਗੱਲ ਆ ਕਿਉਂ ਜਾਂਚ ਪੂਰੀ ਨਹੀਂ ਹੋ ਸਕੀ ਕਿਉਂ ਵਿੱਚੇ ਛੱਡ ਦਿੱਤੀ ਗਈ ਇਹ ਹੁਣ ਸਵਾਲ ਤੁਹਾਡੇ ਦੁਬਾਰਾ ਸ਼ੁਰੂ ਹੁੰਦੇ ਨੇ ਹੁਣ ਦੇਖਦੇ ਆ ਕਿ ਬਿਕਰਮ ਸਿੰਘ ਮਜੀਠੀਆ ਇਹ ਨਵੀਂ ਐਸਆਈਟੀ ਨੂੰ ਲੈ ਕੇ ਜਾਂ ਨਵੇਂ ਮੁਖੀ ਨੂੰ ਲੈ ਕੇ ਕਿਸੇ ਤਰ੍ਹਾਂ ਕੋਰਟ ਮੂਵ ਕਰਦੇ ਨੇ ਜਾਂ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੱਠੀ ਲਿਖਦੇ ਨੇ ਐਸ ਰਾਹੁਲ ਨੂੰ ਚੜਾਉਂਦੇ ਸੀ ਕਿ ਸਾਡੀ ਮਰਜ਼ੀ ਦਾ ਕਰ ਮਗਰ ਜਿਹਨੇ ਸਹੀ ਕੰਮ ਕਰਨਾ ਉਹ ਕਹਿੰਦਾ ਥੋਡੀ ਮਰਜ਼ੀ ਤਾਂ ਨਹੀਂ ਕਾਨੂੰਨ ਤੇ ਮਰਜ਼ੀ ਦੇ ਹਿਸਾਬ ਨਾਲ ਕੰਮ ਹੋਊਗਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਇਸ ਲਈ ਮੈਂ ਤਾਂ ਅਖੀਰਲੀ ਬੇਨਤੀ ਕਰਦਾ ਕਿ ਭਾਈ ਮੇਰੀ ਐਸਆਈਟੀ ਬਣਾਓ ਅbschara ਨੂੰ ਨਾ ਭਰਤੋ ਉਹਦੇ 'ਚ ਆਹ ਤਿੰਨ ਪਾ ਦਿਓ ਪਛਾਣ ਲੇ ਜੀ ਤੁਸੀਂ ਇੱਕ ਜੁਗਨੂ ਇੱਕ ਪਾ ਦਿਓ ਸਰ ਜੀ ਧਲੇਵਾਲ ਤੇ ਇੱਕ ਪਾ ਦਿਓ ਕਟਾਰੂ ਚੱਕ ਕਿਉਂਕਿ ਇਹ ਤਾਂ ਤੁਹਾਡਾ ਪੋਸਟਰ ਬॉय ਆ ਇਹਦੇ ਕਟਾਰੂ ਚੱਕਦੇ ਚਰਚੇ ਤਾਂ ਤੁਹਾਨੂੰ ਮਾਣ ਆ ਮੈਨੂੰ ਲੱਗਦਾ ਇਹ ਜਿਹੇ ਜਿਹੇ ਪੁੱਠੇ ਕੰਮ ਕਰਦਾ ਤੇ ਇਹਨਾਂ ਦੀ ਐਸਆਈਟੀ ਵੜਾ ਦਿਓ ਫਿਰ ਜੋ ਮਰਜ਼ੀ ਕਰੋ ਕਿਉਂ ਅਫਸਰਾਂ ਨੂੰ ਭਾਈ ਇਹਦੇ 'ਚ ਤੁਸੀਂ ਵਿਚਕਾਰ ਗਦੀ ਘੇੜ ਪਾਇਆ ਕੰਮ ਮੁੱਕੇ ਜੋ ਤੁਸੀਂ ਲਿਖਣਾ ਲਿਖ ਦਿਓ ਅਖੀਰ 'ਚ ਆਨਰੇਬਲ ਕੋਰਟਾਂ ਫੈਸਲਾ ਕਰ ਦੇਣਗੇ ਕਿ ਤੁਹਾਡੀ ਐਸਆਈਟੀ 'ਚ ਦਾਮਾ ਕੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਸਟੇਟਮੈਂਟ ਤੋਂ ਬਾਅਦ ਪਹਿਲੀ ਵਾਰੀ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵੀ ਸਟੇਟਮੈਂਟ ਆਉਂਦੀ ਆ ਕਹਿੰਦੇ ਕੋਈ ਗੱਲ ਨਹੀਂ ਪੀਟੀਸੀ ਦੇ ਨਾਲ ਜਾਂ ਜਿਹਨੂੰ ਅਸੀਂ ਕਹਿੰਦੇ ਆ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਜਿਹੜਾ ਪੀਟੀਸੀ ਦੇ ਚੈਨਲਸ ਨੂੰ ਕੰਟਰੋਲ ਕਰਦਾ ਇਹਦਾ ਕਹਿੰਦੇ ਜਿਹੜਾ ਕਰਾਰਨਾਮਾ ਉਹ ਤਾਂ ਹੁਣ 24 ਜੁਲਾਈ ਨੂੰ ਖਤਮ ਹੋ ਜਾਣਾ 11 ਸਾਲਾਂ ਬਾਅਦ ਸੋ ਅਸੀਂ ਨਵੇਂ ਟੈਂਡਰਸ ਬੁਲਾਵਾਂਗੇ ਉਸ ਵਿੱਚ ਸਾਰਿਆਂ ਨੂੰ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਔਰ ਸਾਡੀ ਮਰਿਆਦਾ ਦੇ ਹਿਸਾਬ ਨਾਲ ਜਿਹੜੇ ਚੈਨਲ ਚੱਲਣਗੇ ਜੋ ਅਸੀਂ ਪਾਲਿਸੀ ਬਣਾਵਾਂਗੇ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਵੀ ਕੰਟਰੈਕਟ ਦੇ ਦਾਂਗੇ ਜਾਂ ਉਹ ਵੀ ਪ੍ਰਸਾਰਣ ਕਰ ਸਕਦੇ ਨੇ ਪਰ ਸਵਾਲ ਇਹ ਨਹੀਂ ਆ ਸਵਾਲ ਇਹ ਨਹੀਂ ਹੈ ਕਿ ਉਹ ਇਹ ਜਿਹੜੀ ਗੱਲ ਕਰ ਰਹੇ ਨੇ ਇਹਦੇ ਨਾਲ ਸਿੱਧਾ ਕਿਉਂਕਿ ਆਲੋਚਨਾਵਾਂ ਇਹ ਹੋ ਰਹੀਆਂ ਨੇ ਕਿ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਲਦੇਵ ਸਿੰਘ ਸਿਰਸਾ ਉਹ ਸਵਾਲ ਇਹ ਖੜੇ ਕਰਦੇ ਨੇ ਕਹਿੰਦੇ ਜਦੋਂ ਤੁਸੀਂ 11 ਸਾਲ ਪਹਿਲਾਂ ਯਾਨੀ ਕਿ ਸਨ 2012 ਦੇ ਵਿੱਚ 24 ਜੁਲਾਈ ਨੂੰ ਇਹ ਕੰਟਰੈਕਟ ਦਿੱਤਾ ਸੀ ਤੇ ਤੁਸੀਂ ਉਦੋਂ ਤਾਂ ਕੋਈ ਟੈਂਡਰਸ ਫਲੋਟ ਨਹੀਂ ਸੀ ਕੀਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਰੌਲਾ ਪਿਆ ਸੀ ਔਰ ਕਈ ਤਰ੍ਹਾਂ ਦੇ ਰੂਲਸ ਨੂੰ ਤੁਸੀਂ ਤਰੋੜ ਅਮਰੋੜ ਕੇ ਇਹ ਜਿਹੜਾ ਕੰਟਰੈਕਟ ਸੀ ਉਹ ਤੁਸੀਂ ਪੀटीसी ਨੂੰ ਦਿੱਤਾ ਸੀ ਵੈਸੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਸ ਤੋਂ ਪਹਿਲਾਂ ਈਟੀਸੀ ਨੈਟਵਰਕਸ ਇਸ ਸਨ 2000 ਦੇ ਵਿੱਚ ਜਿਨੇ ਇਹ ਕੰਟਰੈਕਟ ਲਿਆ ਸੀ ਉਸ ਤੋਂ ਬਾਅਦ PTC ਨੇ ਕਿਉਂਕਿ ਇਹ ਜਿਹੜੀ GNX ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਇਸ ਨੇ ਹੀ ਚੈਨਲਸ ਨੂੰ ਟੇਕਓਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ PTC ਜਿਹੜਾ ਚੈਨਲ ਆ ਉਹ ਇਸ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾ ਰਿਹਾ ਹੁਣ ਗੱਲ ਇਹ ਆ ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਵੀ ਗਿਆ ਔਰ ਇਸ ਨੂੰ ਚੈਲੰਜ ਕੀਤਾ ਇਸ ਇਕਰਾਰਨਾਮੇ ਨੂੰ ਪਰ ਉੱਥੇ ਮੇਰੀ ਜਿਹੜੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੁਣ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਮੂਵ ਕੀਤੀ ਆ ਜਿੱਥੇ ਇਹ ਸਾਰਾ ਕੁਝ ਮਾਮਲਾ ਪੈਂਡਿੰਗ ਆ ਹਰਜਿੰਦਰ ਸਿੰਘ <table> ਬੜਾ ਕਲੀਅਰ ਕਹਿੰਦੇ ਨੇ ਉਹ ਕਹਿੰਦੇ ਠੀਕ ਹੈ ਜੀ ਇਹ ਗੱਲ ਪਰ ਅਸੀਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਆ ਤੇ ਪੈਸਾ ਕਿੰਨਾ ਕੁ ਦੇ ਰਹੇ ਨੇ ਉਹਨਾਂ ਨੇ ਜੋ ਅੱਜ ਕੁਝ ਅਖਬਾਰਾਂ ਦੇ ਵਿੱਚ ਖਬਰ ਲੱਗੀ ਆ ਉਸ ਦੇ ਵਿੱਚ ਇਹ ਕਿਹਾ ਕਿ ਸਾਲਾਨਾ ਸਾਨੂੰ ਲਗਭਗ 2 ਕਰੋੜ ਰੁਪਏ ਦਿੰਦੇ ਨੇ ਤੇ ਇੱਥੇ ਵੀ ਸਿਰਸਾ ਨੇ ਬਲਦੇਵ ਸਿੰਘ ਸਿਰਸਾ ਨੇ ਇਹ ਮੰਗ ਕੀਤੀ ਹੈ ਕਿ ਅੱਜ ਤੱਕ 11 ਸਾਲਾਂ ਦੇ ਵਿੱਚ ਪੀਟੀਸੀਬੀ ਆਪਣਾ ਖੁਲਾਸਾ ਕਰ ਦੇ ਕਿ ਇਸ ਪ੍ਰਸਾਰਣ ਦੇ ਦੌਰਾਨ ਉਹਨਾਂ ਨੇ ਕਿੰਨਾ ਪੈਸਾ ਕਮਾਇਆ ਤੇ ਉਹਨਾਂ ਨੇ ਇਸ ਦੇ ਵਿੱਚੋਂ ਕਿੰਨਾ ਐਸਜੀਪੀਸੀ ਨੂੰ ਦਿੱਤਾ ਜਿਹੜਾ ਕਿ ਉਹਨਾਂ ਦੀ ਵਰਤੋਂ ਦੇ ਵਿੱਚ ਆ ਸਕੇ ਇਸ ਦੀ ਉਹਨਾਂ ਨੇ ਮੰਗ ਕੀਤੀ ਹੈ ਹੁਣ ਜਦੋਂ ਤੁਸੀਂ ਸਾਰਾ ਕੁਝ ਦੇਖੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਫਿਰ ਸਵਾਲ ਕਈ ਤਰ੍ਹਾਂ ਦੇ ਪੈਦਾ ਹੁੰਦੇ ਨੇ ਕਹਿੰਦੇ ਜ਼ਰੂਰ ਨੇ ਹਰਜਿੰਦਰ ਸਿੰਘ ਧਾਮੀ ਕਿ ਅਸੀਂ ਇੱਕ ਨਵੀਂ ਪਾਲਿਸੀ ਲੈ ਕੇ ਆਵਾਂਗੇ ਮਰਿਆਦਾ ਲੈ ਕੇ ਆਵਾਂਗੇ ਕਿਉਂਕਿ ਮਰਿਆਦਾ ਦਾ ਸਾਰਿਆਂ ਨੂੰ ਧਿਆਨ ਰੱਖਣਾ ਪਊਗਾ ਕਿਉਂਕਿ ਆਖਰਕਾਰ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਪਰ ਇਸ ਮਰਿਆਦਾ ਦੀ ਆੜ ਦੇ ਵਿੱਚ ਗੱਲ ਹੀ ਇਹ ਹੈ ਕਿ ਕਿਤੇ ਤੁਸੀਂ ਦੂਸਰੇ ਚੈਨਲਸ ਜਿਹੜੇ ਹੋਰ ਵੀ ਚੈਨਲਸ ਨੇ ਪ੍ਰਾਈਵੇਟ ਚੈਨਲਸ ਨੇ ਜਿਹੜੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਚਾਹੁੰਦੇ ਨੇ ਦਰਬਾਰ ਸਾਹਿਬ ਤੋਂ ਕਿਤੇ ਉਹਨਾਂ ਦੀ ਦਾਅਵੇਦਾਰੀ ਨੂੰ ਖਾਰਜ ਤਾਂ ਨਹੀਂ ਕਰ ਦੋਗੇ ਇਹ ਵੀ ਸਵਾਲ ਖੜੇ ਹੁੰਦੇ ਨੇ 18 ਮਈ ਨੂੰ ਲੋਕ ਸਭਾ ਦਾ ਸੈਕਟਰੀਏਟ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਾ ਔਰ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ 28 ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਪਾਰਲੀਮੈਂਟ ਜਿਹੜੀ ਬਿਲਡਿੰਗ ਬਣੀ ਆ ਲਗਭਗ 1000 ਕਰੋੜ ਦੀ ਜਾਂ 972 ਕਰੋੜ ਦੀ ਇਸ ਦਾ ਉਦਘਾਟਨ ਕਰਨਗੇ ਔਰ ਕਿਹੜੇ ਦਿਨ ਕਰਨਗੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 28 ਮਈ ਨੂੰ ਵਿਨਾਇਕ ਦਮੋਦਰ ਸਵਰਕਰ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਬਹੁਤ ਮੰਨਦੀ ਆ ਹਾਲਾਂਕਿ ਜਿਹੜੀ ਕਾਂਗਰਸ ਸਰਕਾਰ ਆ ਉਹ ਲਗਾਤਾਰ ਕਹਿੰਦੀ ਹੈ ਕਿ ਇਹ ਉਹ ਵਿਅਕਤੀ ਨੇ ਜਦੋਂ ਅੰਡੇਮਨ ਸੈਲੂਲਰ ਜੇਲ੍ਹ ਦੇ ਵਿੱਚ ਸੀ ਇਹਨਾਂ ਨੇ ਲਗਾਤਾਰ ਬ੍ਰਿਟਿਸ਼ਰਸ ਤੋਂ ਮਾਫੀਆ ਮੰਗੀਆਂ ਨੇ ਇਹ ਤਾਂ ਹਮੇਸ਼ਾ ਮਾਫੀਆ ਮੰਗ ਕੇ ਬਾਹਰ ਆਏ ਨੇ ਖੈਰ ਭਾਰਤੀ ਜਨਤਾ ਪਾਰਟੀ ਨਹੀਂ ਇਸ ਤਰ੍ਹਾਂ ਸੋਚਦੀ ਉਹਨਾਂ ਦੇ 140ਵੇਂ ਦਿਹਾੜੇ ਤੇ ਜਨਮ ਦਿਹਾੜੇ ਤੇ ਇਸ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਇਸ ਚੀਜ਼ ਦੀ ਵੀ ਆਲੋਚਨਾ ਹੋ ਰਹੀ ਹੈ ਪਰ ਇੱਕ ਹੋਰ ਕਿਸੇ ਚੀਜ਼ ਦੀ ਵੀ ਆਲੋਚਨਾ ਹੋ ਰਹੀ ਆ ਉਹ ਇਹ ਕਿ ਇਸ ਪਾਰਲੀਮੈਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਕਿਉਂ ਕਰ ਰਹੇ ਨੇ ਜਦ ਕਿ ਪਾਰਲੀਮੈਂਟ ਦੇ ਜਿਹੜੇ ਹੈੱਡ ਹੁੰਦੇ ਨੇ ਮੁਖੀ ਹੁੰਦੇ ਨੇ ਉਹ ਤਾਂ ਰਾਸ਼ਟਰਪਤੀ ਹੁੰਦੇ ਨੇ ਪ੍ਰੈਜ਼ੀਡੈਂਟ ਹੁੰਦੇ ਨੇ ਇਹ ਨਹੀਂ ਆ ਕਿ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਇਹ ਸਾਰਾ ਕੁਝ ਕਹਿ ਰਹੇ ਨੇ ਈਵਨ ਕਿ ਜਿਹੜਾ ਸੰਵਿਧਾਨ ਆ ਭਾਰਤ ਦਾ ਕਨਸਟੀਟਿਊਸ਼ਨ ਆ ਉਹ ਵੀ ਇਹੀ ਗੱਲ ਕਹਿ ਰਿਹਾ ਆ ਆਰਟੀਕਲ 79 ਉਹ ਬੜਾ ਕਲੀਅਰ ਹੈ ਇਸ ਮਾਮਲੇ ਦੇ ਵਿੱਚ ਉਸ ਅਨੁਸਾਰ ਪਾਰਲੀਮੈਂਟ ਹੁੰਦਾ ਤੇ ਦੋ ਉਹਦੇ ਹਾਊਸਿਸ ਹੁੰਦੇ ਨੇ ਇੱਕ ਰਾਜ ਸਭਾ ਤੇ ਇੱਕ ਲੋਕ ਸਭਾ ਔਰ ਉਹਦੇ ਮੁਖੀ ਰਾਸ਼ਟਰਪਤੀ ਹੁੰਦੇ ਨੇ ਹੋਰ ਵੀ ਆਰਟੀਕਲ ਆ ਲੋ ਆਰਟੀਕਲ 86 ਆ ਕਨਸਟੀਟਿਊਸ਼ਨ ਦਾ 87 ਆ ਤੇ ਆਰਟੀਕਲ 111 ਇਸ ਅਨੁਸਾਰ ਜਿਹੜਾ ਰਾਸ਼ਟਰਪਤੀ ਆ ਉਹ ਕਿਸੇ ਵਕਤ ਵੀ ਲੋਕ ਸਭਾ ਨੂੰ ਰਾਜ ਸਭਾ ਨੂੰ ਵੱਖਰੇ ਵੱਖਰੇ ਤੇ ਇਕੱਠੇ ਹਾਊਸ ਨੂੰ ਵੀ ਸੰਬੋਧਨ ਕਰ ਸਕਦਾ ਤੇ ਆਰਟੀਕਲ 111 ਕਹਿੰਦਾ ਕਿ ਜਦੋਂ ਵੀ ਕੋਈ ਕਾਨੂੰਨ ਬਣਨਾ ਕੋਈ ਬਿੱਲ ਪਾਸ ਹੋ ਕੇ ਰਾਸ਼ਟਰਪਤੀ ਕੋਲੇ ਜਾਣਾ ਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਉਹ ਕਾਨੂੰਨ ਨਹੀਂ ਬਣ ਸਕਦਾ ਐਨੀ ਉਸਦੀ ਪਾਵਰ ਆ ਹੁਣ ਤੁਸੀਂ ਅਗਲੀ ਗੱਲ ਦੇਖੋ ਔਰ ਇਹ ਪਹਿਲੀ ਵਾਰ ਨਹੀਂ ਆ ਜਦੋਂ ਰਾਸ਼ਟਰਪਤੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ द्रौपदी मुर्मू ਨੂੰ ਇਹੀ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਔਰ ਇਹ ਕਹਿ ਜਾ ਰਿਹਾ ਸੀ ਕਿ ਜਿਹੜੇ ਟ੍ਰਾਈਬਲ ਲੋਕ ਨੇ ਅਸੀਂ ਉਹਨਾਂ ਨੂੰ ਮਾਨਤਾ ਜਾਂ ਉਹਨਾਂ ਦਾ ਮਾਨ ਸਮਾਨ ਵਧਾਉਣਾ ਇਸ ਤੋਂ ਪਹਿਲਾਂ ਤੁਸੀਂ ਦੇਖੋ 25 ਫਰਵਰੀ ਸਨ 2019 ਦੇ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਇਨੋਗਰੇਸ਼ਨ ਹੋਇਆ ਸੀ ਉਦੋਂ ਵੀ ਨਰਿੰਦਰ ਮੋਦੀ ਨੇ ਉਹਦਾ ਉਦਘਾਟਨ ਕੀਤਾ ਸੀ ਔਰ ਉਸ ਦੀ ਵੀ ਬੜੀ ਅਲੋਚਨਾ ਹੋਈ ਸੀ ਅਲੋਚਨਾ ਇਸ ਕਰਕੇ ਹੋਈ ਸੀ ਕਿ ਜਿਹੜੇ ਡਿਫੈਂਸ ਫੋਰਸਸ ਆਰਮਡ ਫੋਰਸਸ ਉਦੇ ਸੁਪਰੀਮ ਕਮਾਂਡਰ ਕੌਣ ਹੁੰਦੇ ਨੇ ਪ੍ਰੈਜ਼ੀਡੈਂਟ ਰਾਸ਼ਟਰਪਤੀ ਆਰਟੀਕਲ 53 ਦੇ ਵਿੱਚ ਇਹ ਬਿਲਕੁਲ ਕਲੀਅਰ ਲਿਖਿਆ ਆ ਆਰਟੀਕਲ 53 ਦੀ ਮੈਂ ਗੱਲ ਕਰ ਰਿਹਾ ਉਦੋਂ ਜਦੋਂ ਇਹ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਹੋਇਆ ਉਦੋਂ ਵੀ ਰਾਸ਼ਟਰਪਤੀ ਨੇ ਨੂੰ ਬੁਲਾਇਆ ਗਿਆ ਬਲਕਿ ਉਹਨਾਂ ਤੋਂ ਉਦਘਾਟਨ ਹੀ ਨਹੀਂ ਕਰਵਾਇਆ ਗਿਆ ਕੀ ਸਾਰੀ ਦੀ ਸਾਰੀ ਲਾਈਮ ਲਾਈਟ ਜਾਂ ਪਬਲਿਸਿਟੀ ਜਾਂ ਮਸ਼ਹੂਰੀ ਕੇਵਲ ਨਰਿੰਦਰ ਮੋਦੀ ਆਪਣੇ ਤੇ ਚਾਹੁੰਦੇ ਨੇ ਤੇ ਕੀ ਉਹ ਚਾਹੁੰਦੇ ਨਹੀਂ ਕਿ ਰਾਸ਼ਟਰਪਤੀ ਜਿਹੜਾ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਆ ਸੰਵਿਧਾਨ ਉਹਨਾਂ ਨੂੰ ਅਧਿਕਾਰ ਦਿੰਦਾ ਪਹਿਲਾ ਸਿਟੀਜ਼ਨ ਹੋਣ ਦਾ ਕਿ ਉਹ ਇਸ ਦਾ ਉਦਘਾਟਨ ਕਰਨ ਕਿਤੇ ਨਾ ਕਿਤੇ ਇਹ ਸਾਰੀ ਜਿਹੜੀਆਂ ਚੀਜ਼ਾਂ ਉਹ ਕਰਕੇ ਜਾਂ ਉਦਘਾਟਨ ਕਰਕੇ ਆਪਣੇ ਆਪ ਨੂੰ ਅੱਗੇ ਰੱਖ ਕੇ ਉਹ ਕਿਤੇ ਸੰਵਿਧਾਨ ਨੂੰ ਅੰਡਰਮਾਈਨ ਤਾਂ ਨਹੀਂ ਕਰ ਰਹੇ ਇਸ ਚੀਜ਼ ਤੇ ਵੀ ਸੋਚਣਾ ਪਊਗਾ ਕਿਉਂਕਿ ਬਹੁਤ ਚਾਰੇ ਪਾਸੇ ਜਿਹੜੇ ਸੰਵਿਧਾਨ ਦੇ ਜਾਣਕਰ ਨੇ ਉਹ ਕਹਿੰਦੇ ਨੇ ਕਿ ਜੇ ਨਰਿੰਦਰ ਮੋਦੀ ਇੱਕ ਉੱਥੇ ਜਿਹੜਾ ਜਦੋਂ ਤੁਸੀਂ ਇਨੌਗਰੇਸ਼ਨ ਕਰਦੇ ਹੋ ਜੇ ਸਟੋਨ ਤੇ ਨਾਮ ਲਿਖਣਾ ਹੁੰਦਾ ਤੇ ਠੀਕ ਹੈ ਰਾਸ਼ਟਰਪਤੀ ਦੇ ਨਾਮ ਪਹਿਲਾਂ ਲਿਖ ਦਿੰਦੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਆ ਜਾਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਫੇਰ ਕਿਹੜਾ ਇਹਦੇ ਨਾਲ ਉਹਨਾਂ ਦੇ ਰੁਤਬੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਹੋ ਜਾਣੀ ਸੀ ਜਾਂ ਕਮੀ ਆ ਜਾਣੀ ਸੀ ਘੱਟੋ-ਘੱਟ ਸਬੰਧਾਨ ਤਾਂ ਉੱਚਾ ਰੱਖਿਆ ਜਾ ਸਕਦਾ ਸੀ ਨਾ ਅੱਜ ਤੋਂ ਯਾਨੀ ਕਿ 23 ਮਈ ਤੋਂ ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ 2000 ਦਾ ਨੋਟ ਆਪਣਾ ਬਦਲਾ ਸਕਦੇ ਹੋ ਔਰ ਜਿਸ ਤਰ੍ਹਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਨਸਟਰਕਸ਼ਨਸ ਨੇ ਕਹਿੰਦੇ ਕਿ ਤੁਸੀਂ ਘੱਟੋ-ਘੱਟ 10 ਨੋਟ ਯਾਨੀ ਕਿ 20000 ਤੁਸੀਂ ਇੱਕੋ ਵਕਤ ਬਦਲਾ ਸਕਦੇ ਹੋ ਔਰ ਇਸ ਦੌਰਾਨ ਤੁਹਾਡੀ ਆਈਡੈਂਟੀਟੀ ਤੁਹਾਡੀ ਪਛਾਣ ਕਿਸੇ ਤਰ੍ਹਾਂ ਦੀ ਪੁੱਛੀ ਨਹੀਂ ਜਾਏਗੀ ਔਰ ਨਾ ਹੀ ਤੁਹਾਨੂੰ ਕੋਈ ਆਪਣਾ ਪਹਛਾਨ ਪੱਤਰ ਕਿਸੇ ਤਰ੍ਹਾਂ ਦੀ ਆਇਡੈਂਟੀਫਿਕੇਸ਼ਨ ਬੈਂਕ ਨੂੰ ਦੇਣੀ ਹੋਊਗੀ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਈ ਰਹੀਆਂ ਨੇ ਪਰ ਇਹ ਚੀਜ਼ ਦੱਸੋ ਕਿ ਇਹਦੀ ਲੋੜ ਕਿਉਂ ਪਈ ਆਖਿਰਕਾਰ 2000 ਦਾ ਨੋਟ ਤਾਂ ਸਨ 2019 ਤੋਂ ਬਾਅਦ ਹੀ ਬੰਨਾ ਬੰਦ ਹੋ ਗਿਆ ਸੀ ਤੇ ਜਿਹੜੀਆਂ ਗੱਲਾਂ ਸਨ 2016 ਦੇ ਵਿੱਚ 8 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਅਚਾਨਕ ਆਉਂਦੇ ਨੇ ਕਹਿੰਦੇ ਨੇ ਕਿ ਅੱਜ ਤੋਂ ਨੋਟ ਬੰਦੀ ਤੁਗਲਕੀ ਫਰਮਾਨ ਜਿਹੜਾ ਉਸ ਟਾਈਮ ਕਿਹਾ ਗਿਆ ਸੀ ਔਰ ਇਸ ਤੇ ਬਾਅਦ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਸੀ ਆ ਕੇ ਕਹਿੰਦੇ ਕਿ ਦੇਖੋ ਅੱਜ ਤੋਂ ਬਾਅਦ ਜਿਹੜੇ 500 ਰੁਪਏ ਦੇ ਨੋਟ ਨੇ ਜਾਂ 1000 ਰੁਪਏ ਦੇ ਨੋਟ ਨੇ ਇਲੀਗਲ ਟੈਂਡਰ ਨਹੀਂ ਰਹਿਣਗੇ ਯਾਨੀ ਕਿ ਇਹ ਚੱਲਣ ਦੇ ਵਿੱਚ ਨਹੀਂ ਆ ਸਕਦੇ ਗੈਰ ਕਾਨੂੰਨੀ ਹੋ ਜਾਣੇ ਆ ਤੇ ਅੱਜ ਤੋਂ ਬਾਅਦ ਤੁਹਾਨੂੰ ਲਾਈਨਾਂ ਦੇ ਵਿੱਚ ਲੱਗ ਕੇ ਪੈਸੇ ਲੈਣੇ ਪੈਣੇ ਆ ਨਵੇਂ ਅਸੀਂ ਤੁਹਾਨੂੰ ਨੋਟ ਦਵਾਂਗੇ ਤੇ ਇਹ ਤੁਹਾਡੇ ਨੋਟ ਖਤਮ ਹੋ ਗਏ ਨੇ ਤੇ ਕਿਹਾ ਇਹ ਜਾ ਰਿਹਾ ਸੀ ਕਿ ਇਸ ਨਾਲ ਇੱਕ ਤਾਂ ਕਾਲਾ ਧਨ ਜਿਹੜਾ ਉਹ ਖਤਮ ਹੋ ਜਾਊਗਾ ਦੂਸਰਾ ਜਾਲੀ ਕਰੰਸੀ ਜਿਹੜੀ ਆ ਜਾਲੀ ਨੋਟ ਨੇ ਕਾਉਂਟਫੀਟ ਨੋਟਸ ਉਹ ਖਤਮ ਹੋ ਜਾਣਗੇ ਤੇ ਤੀਸਰੀ ਵੱਡੀ ਗੱਲ ਕਹੀ ਸੀ ਕਿ ਤੁਸੀਂ ਇਹ ਦੇਖੋਗੇ ਕਿ ਟੈਰਰਿਜ਼ਮ ਨੂੰ ਵੀ ਇੱਕ ਤਰ੍ਹਾਂ ਦੀ ਨਕੇਲ ਪੈਗੀ ਜਾਂ ਟੈਰਰਿਜ਼ਮ ਖਤਮ ਹੋ ਜਾਊਗਾ ਕਿਉਂਕਿ ਉਹਨਾਂ ਨੂੰ ਫੰਡਿੰਗ ਹੀ ਨਹੀਂ ਹੋ ਸਕੇਗੀ ਇੱਕ ਹੋਰ ਗੱਲ ਕਹੀ ਸੀ ਕਹਿੰਦੇ ਅਸੀਂ ਕੈਸ਼ਲੈਸ ਕਰ ਦਾਂਗੇ ਸਾਰੀ ਜਿਹੜੀ ਇਕਨੋਮੀ ਆ ਸਾਡੀ ਜਿਹੜੀ ਆਰਥਿਕ ਚਾਰਾ ਜਾਂ ਰੋਜ਼ ਦਾ ਜਿਹੜਾ ਸਾਡਾ ਖਰਚਣ ਦਾ ਇੱਕ ਪ੍ਰਚਲਨ ਆ ਉਸ ਨੂੰ ਅਸੀਂ ਕੈਸ਼ਲੈਸ ਬਣਾ ਦਾਂਗੇ ਬਾਅਦ ਦੇ ਵਿੱਚ ਉਸ ਤੋਂ ਵੀ ਸ਼ਿਫਟ ਕਰ ਗਏ ਕਹਿੰਦੇ ਨਹੀਂ 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 ਕੈਸ਼ਲੈਸ ਨਹੀਂ ਲੈਸ ਕੈਸ਼ ਕਰਾਂਗੇ ਤੁਸੀਂ ਯਾਦ ਕਰੋ ਕਿ ਜਿਸ ਵਕਤ ਇਹ ਨੋਟਬੰਦੀ ਕਹੀ ਗਈ ਸੀ ਜਾਂ ਕੀਤੀ ਗਈ ਸੀ ਉਸ ਵਕਤ ਭਾਰਤ ਦੇ ਵਿੱਚ ਕੁੱਲ ਕਰੰਸੀ ਜਿਹੜੀ ਸੀ ਉਹ 18 ਲੱਖ ਕਰੋੜ ਦੀ ਸੀ ਤੇ ਉਸ ਤੋਂ ਬਾਅਦ ਤਾਂ ਫਿਰ ਘਟਣੀ ਚਾਹੀਦੀ ਸੀ ਜੇ ਅਸੀਂ ਡਿਜੀਟਲ ਇਕਨੋਮੀ ਵੱਲ ਜਾਣਾ ਸੀ ਤੇ ਇਹ ਘਟਣੀ ਚਾਹੀਦੀ ਸੀ ਪਰ ਅੱਜ ਕੱਲ ਦੀ ਤਾਰੀਖ ਦੇ ਵਿੱਚ 31 ਮਾਰਚ ਦੀ ਮੈਂ ਗੱਲ ਕਰ ਰਿਹਾ ਸਨ 2023 ਦੇ ਇਸੇ ਸਾਲ ਦੇ ਦੌਰਾਨ ਇਹ ਕਰੰਸੀ 36 ਲੱਖ ਕਰੋੜ ਤੱਕ ਪਹੁੰਚ ਗਈ ਹੈ ਤੇ ਇਹ ਤਾਂ ਡਬਲ ਤੋਂ ਵੀ ਜ਼ਿਆਦਾ ਚਲੀ ਗਈ ਹੈ ਇਹ ਗੱਲ ਜਦੋਂ ਮੈਂ ਪ੍ਰੋਫੈਸਰ ਅਰुण ਕੁਮਾਰ ਨੇ ਉਹ ਇਕਨੋਮਿਸਟਸ ਨੇ ਭਾਰਤ ਦੇ ਮੰਨੇ ਪਰ ਮੰਨੇ ਉਹ ਇਹ ਗੱਲ ਦੱਸ ਰਹੇ ਸੀ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਆਰਬੀਆਈ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਵੀ ਬਹੁਤ ਜ਼ਿਆਦਾ ਕੋਈ ਕਨਵਿੰਸਿੰਗ ਨਹੀਂ ਆ ਕਿ ਦੇਖੋ ਜੀ ਇਹਦਾ ਪਰਪਸ ਪੂਰਾ ਹੋ ਗਿਆ 2000 ਦੇ ਨੋਟ ਦਾ ਕਿਉਂਕਿ ਉਦੋਂ ਜਦੋਂ ਇੰਟਰੋਡਿਊਸ ਕੀਤਾ ਸੀ ਜਦੋਂ ਤੁਸੀਂ ਇਹ ਸਾਰਾ ਜਾਰੀ ਕੀਤਾ ਸੀ ਉਦੋਂ ਤੋਂ ਤੁਸੀਂ ਇਹ ਕਿਹਾ ਸੀ ਕਿ ਇਹਦੇ ਨਾਲ ਹੁਣ ਜਿਹੜਾ ਪੁਰਾਣਾ ਪ੍ਰਚਲਨ ਆ ਉਹ ਖਤਮ ਹੋ ਜਾਊਗਾ ਉਹ ਤਾਂ ਹੋਇਆ ਨਹੀਂ ਫਿਰ ਤੁਸੀਂ ਕਹਿੰਦੇ ਇਹਦੀ ਲਾਈਫਟਾਈਮ ਪੂਰੀ ਹੋ ਗਈ ਇਹਦਾ ਪੀਰੀਅਡ ਪੂਰਾ ਹੋ ਗਿਆ ਇਹ ਵੀ ਨਹੀਂ ਕਿਸੇ ਤਰ੍ਹਾਂ ਦਾ ਕੁਝ ਲੱਗਦਾ ਕਲੀਨ ਕਰੰਸੀ ਦੀ ਤੁਸੀਂ ਗੱਲ ਕਰਦੇ ਹੋ ਤੇ 2000 ਦੇ ਨੋਟ ਤਾਂ ਇੰਨੇ ਪ੍ਰਚਲਿਤ ਹੋਏ ਹੀ ਨਹੀਂ ਇਸ ਟਾਈਮ 500 ਦੇ ਨੋਟ ਜਿਹੜੇ ਇਹ ਨੇ ਉਹ ਜ਼ਿਆਦਾ ਪ੍ਰਚਲਿਤ ਨੇ ਕਿਉਂਕਿ ਜਦੋਂ ਤੁਸੀਂ ਫੇਸ ਆਊਟ ਸ਼ੁਰੂ ਕਰਤਾ ਸੀ ਕਰਨਾ ਇਸ ਕਰਕੇ ਆਮ ਲੋਕਾਂ ਦੇ ਵਿੱਚ ਇਹ ਹੈ ਹੀ ਨਹੀਂ ਪ੍ਰਚਲਿਤ ਹੀ ਨਹੀਂ ਆ ਲੋਕਾਂ ਦੇ ਕੋਲ ਨੋਟ ਹੀ ਨਹੀਂ ਆ 2000 ਦਾ ਔਰ ਇਸ ਵਕਤ ਜਿਹੜੀ ਕਰੰਸੀ ਹੈ 2000 ਦੀ ਉਹ ਵੀ RBI ਦੇ ਅਨੁਸਾਰ 382000 ਕਰੋੜ ਦੀ ਆ ਇਹ ਕੇਵਲ ਟੋਟਲ ਕਰੰਸੀ ਦਾ 10% ਦੀ ਬਣਦਾ ਇੱਕ ਹੋਰ ਧਾਰਨਾ ਬਣੀ ਹੋਈ ਆ ਕਿ ਜਿਹੜਾ ਕਾਲਾ ਧਨ ਅਸੀਂ ਰੱਖਦੇ ਆ ਉਹ ਕੇਵਲ ਕੈਸ਼ ਦੀ ਫਾਰਮ 'ਚ ਰੱਖਦੇ ਆ ਦੇਖੋ ਕਿਸੇ ਮੁਲਕ ਦਾ ਆਪਣੀ ਕੀ ਕਲਚਰ ਪ੍ਰੈਕਟਿਸ ਆ ਉਹ ਤਾਂ ਉਹਨਾਂ ਹੀ ਦੇਖਣੀ ਹੁੰਦੀ ਆ ਤੇ ਇਹ ਕਿੱਥੋਂ ਤੋਂ ਧਾਰਨਾ ਬਣ ਗਈ ਜੇ ਕਿਸੇ ਨੇ ਆਪਣੇ ਕੋਲ ਕਿਸੇ ਕਿਸਾਨ ਨੇ ਕਿਸੇ ਗਰੀਬ ਪਰਿਵਾਰ ਨੇ ਕੋਈ ਪੈਸੇ ਜੋੜ ਕੇ ਰੱਖੇ ਨੇ ਕੈਸ਼ ਹਮੇਸ਼ਾ ਕਾਲਾ ਤਾਂ ਨਹੀਂ ਹੁੰਦਾ ਕਾਲੀ ਕਮਾਈ ਹੋਰ ਹੁੰਦੀ ਆ ਕਾਲਾ ਤਾਂ ਹੋਰ ਹੁੰਦਾ ਇਸ ਚੀਜ਼ ਨੂੰ ਸਮਝ ਕੇ ਦੇਖੋ ਇਸ ਕਰਕੇ ਇਸ ਉੱਤੇ ਵੀ ਮੈਨੂੰ ਲੱਗਦਾ ਜਨਤਾ ਨੂੰ ਬੇਫੂਕ ਬਣਾਇਆ ਜਾ ਰਿਹਾ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਨਿਕਾਰਾ ਗੁਆ ਇੱਕ ਮੁਲਕਾ ਸੈਂਟਰਲ ਅਮਰੀਕਨ ਮੁਲਕਾ ਬੜਾ ਛੋਟਾ ਜਿਹਾ ਮੁਲਕਾ ਉੱਥੇ ਕੈਸ਼ ਹੈ ਜਿਹੜਾ ਉਹ ਕੇਵਲ 1.4 ਫੀਸ ਦੀ ਆ ਤੇ ਕਰਪਸ਼ਨ ਉਥੇ ਬਹੁਤ ਜ਼ਿਆਦਾ ਤੇ ਘੱਟ ਕੈਸ਼ ਨੇ ਕੀ ਕਰਪਸ਼ਨ ਖਤਮ ਕਰਤੀ ਜਪਾਨ ਦੀ ਦੂਸਰੀ ਐਗਜ਼ੈਂਪਲ ਆ 18% ਦੀ ਕੈਸ਼ ਉਥੇ ਯੂਜ਼ ਹੁੰਦਾ ਵਰਤਿਆ ਜਾਂਦਾ ਪਰ ਜਪਾਨ ਨਿਕਾਰਾ ਗੂਆ ਤੋਂ ਕਿੰਨੀ ਇਮਾਨਦਾਰੀ ਹੈ ਜਾਂ ਜਿਹੜੀ ਉਥੋਂ ਦੀ ਵਿਵਸਥਾ ਇਕਨੋਮੀ ਆ ਉਸ ਤੋਂ ਕਿੰਨੀ ਸਟਰੋਂਗ ਆ ਉਥੇ ਇਸ ਤਰ੍ਹਾਂ ਦਾ ਕਾਲੇ ਧਨ ਦਾ ਕਿਸੇ ਤਰ੍ਹਾਂ ਦਾ ਉਨਾ ਪ੍ਰਚਲਨ ਨਹੀਂ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਤੁਸੀਂ ਇਹ ਦੇਖਦੇ ਹੋ ਤੇ ਫਿਰ ਇਹਦੇ ਜਿਹੜੇ ਪੋਲੀਟੀਕਲ ਕਾਰਨ ਨੇ ਇਹਦੇ ਆਰਥਿਕ ਕਾਰਨ ਨੇ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਕ ਥੀਸ ਹੋਰ ਜਿਹੜੇ ਇਸ ਟਾਈਮ ਆਰਬੀਆਈ ਦੇ ਗਵਰਨਰ ਨੇ ਸ਼ਸ਼ੀਕੰਦਾਸ ਉਹਨਾਂ ਨੇ ਇੱਕ ਗੱਲ ਹੋਰ ਕਹਿ ਕੇ ਬੜੀ ਕਨਫਿਊਜ਼ਨ ਪੈਦਾ ਕਰਤੀ ਆ ਉਹ ਕਹਿੰਦੇ 30 ਸਤੰਬਰ ਤੋਂ ਬਾਅਦ ਕੀ ਇਹ 2000 ਦਾ ਨੋਟ ਲੀਗਲ ਟੈਂਡਰ ਰਹੇਗਾ ਇਸ ਬਾਰੇ ਹਜੇ ਪੱਕੇ ਤਰ੍ਹਾਂ ਜਾਂ ਪੂਰਨ ਰੂਪ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕੀ ਇਸ ਤੋਂ ਬਾਅਦ ਇਹ ਹੋ ਸਕਦਾ ਕਿ ਜੇ ਇੱਕ ਵਾਰੀ ਨੋਟ ਸਾਰੇ ਵਾਪਸ ਆ ਗਏ ਤਾਂ ਫੇਰ ਹੋ ਸਕਦਾ ਫੇਰ ਕਹਿ ਦੇਣ ਕਿਉਂਕਿ ਕੁਝ ਲੋਕਾਂ ਕੋਲੇ ਰਹਿ ਜਾਣੇ ਇਹ ਵੀ ਲੋਕਾਂ ਦੇ ਖਤਸ਼ੇ ਨੇ ਕੁਝ ਇਕਨੋਮਿਸਟ ਦੇ ਖਤਸ਼ੇ ਉਹਨਾਂ ਨੇ ਪ੍ਰਗਟਾਏ ਨੇ ਔਰ ਤੁਸੀਂ ਇਹ ਵੀ ਦੇਖੋ ਕਿ ਜਦੋਂ ਨਵੰਬਰ ਸਨ 2016 ਨੂੰ ਇਹ ਨੋਟਬੰਦੀ ਹੋਈ ਸੀ ਤੇ ਜਨਵਰੀ ਦੇ ਵਿੱਚ ਉੱਤਰ ਪ੍ਰਦੇਸ਼ ਦੀ ਇਲੈਕਸ਼ਨ ਸੀ ਸਨ 2017 ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵਿਰੋਧੀ ਧਿਰਾਂ ਦੇ ਜਿਹੜੇ ਕੋਲੇ ਨੋਟ ਸੀ ਜਾਂ ਵਿਰੋਧੀ ਧਿਰਾਂ ਕੋਲੇ ਇਸ ਤਰ੍ਹਾਂ ਦਾ ਪੈਸਾ ਸੀ ਉਸ ਨੂੰ ਇੱਕ ਤਰ੍ਹਾਂ ਜ਼ੀਰੋ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਤੇ ਹੁਣ ਵੀ 30 ਨਵੰਬਰ ਤੱਕ ਇਹਨਾਂ ਨੇ ਤਰੀਕ ਦਿੱਤੀ ਹੈ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਚਾਰ ਹੋਰ ਸਟੇਟਸ ਆ ਜਿਹੜੀਆਂ ਉਹਨਾਂ ਦੀਆਂ ਚੋਣਾਂ ਹੋਣ ਜਾਣੀਆਂ ਨੇ ਉਹਨਾਂ ਦੇ ਵਿੱਚ ਮੱਧ ਪ੍ਰਦੇਸ਼ ਵੀ ਆ ਛੱਤੀਸਗੜ੍ਹ ਵੀ ਆ ਤੇਲੰਗਾਨਾ ਉਹਦੇ ਵਿੱਚੋਂ ਔਰ ਇਸ ਤਰ੍ਹਾਂ ਜਿੱਥੇ ਚੋਣਾਂ ਹੋਣ ਜਾਣੀਆਂ ਨੇ ਰਾਜਸਥਾਨ ਵੀ ਉਹਨਾਂ ਦੇ ਵਿੱਚ ਇੱਕ ਆ ਤੇ ਕੀ ਉਸ ਕਰਕੇ ਕੀਤਾ ਜਾ ਰਿਹਾ ਕੁਝ ਲੋਕ ਇਹਨੂੰ ਇਸ ਤਰ੍ਹਾਂ ਵੀ ਦੇਖੇ ਜਾ ਰਹੇ ਨੇ ਸੋ ਕਹਿਣ ਦਾ ਭਾਵ ਆ ਕਿ ਜਦੋਂ 2000 ਦਾ ਨੋਟ ਤੁਸੀਂ ਅਚਾਨਕ ਆਪਣਾ ਇੱਕ ਫਰਮਾਨ ਜਾਰੀ ਕਰ ਦਿੰਨੇ ਹੋ ਔਰ ਉਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਟੱਡੀ ਨਹੀਂ ਹੁੰਦੀ ਔਰ ਉਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਆਪਣੀਆਂ ਐਕਸਪਲੇਨੇਸ਼ਨ ਦਿੰਨੇ ਹੋ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਕਨਵਿੰਸ ਨਹੀਂ ਕਰਦੀਆਂ ਜੇ ਤੁਸੀਂ ਵਾਕਿਆ ਫੇਸ ਆਊਟ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਤਾਂ ਆਲਰੇਡੀ ਫੇਸ ਆਊਟ ਹੋ ਹੀ ਰਿਹਾ ਸੀ ਆਮ ਚੱਲਣ ਦੇ ਵਿੱਚ ਹੀ ਨੋਟ ਨੇ ਅੱਜ ਤੁਸੀਂ ਦੇਖ ਲਓ ਇਸ ਚੀਜ਼ ਨੂੰ ਤੁਸੀਂ ਇੰਟਰੋਡਿਊਸ ਕਰਕੇ ਆਲਰੇਡੀ ਲੋਕਾਂ ਨੇ ਇਹ ਨੋਟ ਲੈਣਾ ਛੱਡਤਾ ਕੋਈ ਪੈਟਰੋਲ ਪੰਪ ਨਹੀਂ ਲੈ ਰਿਆ ਕੋਈ ਗਰੋਸਰੀ ਦੀ ਸ਼ਾਪ ਨਹੀਂ ਲੈ ਰਹੀ ਕੋਈ ਵੀ ਪਰਚੂਨ ਦਾ ਵਿਅਕਤੀ ਜੇ ਕਿਸੇ ਨੂੰ ਤੁਸੀਂ 2000 ਦਾ ਨੋਟ ਦਓ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਲੀਗਲ ਟੈਂਡਰ ਆ ਉਹ ਲੈਣਾ ਹੀ ਬੰਦ ਕਰ ਗਿਆ ਸਭ ਤੋਂ ਵੱਡੀ ਗੱਲ ਜਿਹੜੀ ਮਾਰ ਪਈ ਆ ਉਹ ਇਹ ਹੋਈ ਆ ਕਿ 2000 ਜਾਂ ਭਾਰਤ ਦੀ ਜਿਹੜੀ ਕਰੰਸੀ ਆ ਉਸ ਦਾ ਦੁਨੀਆ ਭਰ ਦੇ ਵਿੱਚ ਭਰੋਸਾ ਘਟ ਗਿਆ ਉਹ ਕਹਿੰਦੇ ਨੇ ਜਦੋਂ ਮਰਜ਼ੀ ਕਰੰਸੀ ਸ਼ੁਰੂ ਕਰ ਦਿੰਦੇ ਨੇ ਜਦੋਂ ਮਰਜ਼ੀ ਖਤਮ ਕਰ ਦਿੰਦੇ ਨੇ ਰਸ਼ੀਆ ਪਹਿਲਾ ਮੁਲਕ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਕਿਹਾ ਕਿ ਅਸੀਂ ਰੁਪਏ ਦੇ ਵਿੱਚ ਤੁਹਾਡੇ ਨਾਲ ਟਰਾਂਜੈਕਸ਼ਨ ਨਹੀਂ ਕਰਨੀ ਤੇ ਹੁਣ ਤਾਂ ਹੋਰ ਵੀ ਮੁਲਕ ਕਰਨਗੇ ਇਹ ਗੱਲ ਕਹਿਣਗੇ ਔਰ ਭਾਰਤ ਨੂੰ ਜ਼ੋਰ ਦੇ ਕੇ ਕਹਿਣਗੇ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਧਾਵਾ